ਪੰਜਾਬ ਕਾਂਗਰਸ 'ਚ ਲਗਾਤਾਰ ਕਲੇਸ਼ ਜਾਰੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸੇ ਦੇ ਵਿਚਾਲੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਜਿਵੇਂ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਉਹਨਾਂ ਦੇ ਖਿਲਾਫ਼ ਹਾਈਕਮਾਂਡ ਨੂੰ ਲਿਖੀਆਂ ਚਿੱਠੀਆਂ ਨੂੰ ਭੁਲਾ ਕੇ ਅੱਜ ਉਹਨਾਂ ਨਾਲ ਮੀਟਿੰਗ ਕੀਤੀ ਹੈ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਉਹਨਾਂ ਦੇ ਖਿਲਾਫ਼ ਕੀਤੇ ਗਏ ਟਵੀਟ ਨੂੰ ਭੁਲਾ ਦੇਣ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ ਹੈ। ਸਿੱਧੂ ਸਾਹਿਬ ਵੀ ਹਰ ਕਾਂਗਰਸੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਨੇ, ਮਿਲਣਾ ਸਾਰੇ ਕੋਪਰੇਟ ਕਰੋ। ਅਤੇ ਪ੍ਰਤਾਪ ਜੀ ਵੀ ਕੱਲ੍ਹ ਕੈਪਟਨ ਸਾਹਿਬ ਦੇ ਘਰ ਗਏ ਨੇ। ਕੈਪਟਨ ਸਾਹਿਬ ਬਹੁਤ ਰਾਜੇ ਨੇ, ਬੜੇ ਵੱਡੇ ਦਿਲ ਦੇ ਮਾਲਕ ਨੇ। ਸੋ ਉਹਨਾਂ ਨੂੰ ਪ੍ਰਤਾਪ ਜੀ ਦੀਆਂ ਸਾਰੀਆਂ ਚਿੱਠੀਆਂ ਭੁੱਲ ਕੇ ਉਹਨਾਂ ਨੂੰ ਮਿਲਣਾ ਆਖਿਆ ਵੀ ਆ ਜਿਓ, ਜਿਹਨੇ ਮਿਲਣਾ ਸੀ ਮੇਰੇ ਘਰ ਆਇਓ। ਸੋ ਪ੍ਰਤਾਪ ਜੀ ਦੇ ਘਰ ਗਏ ਨੇ। ਬਾਕੀ ਅੱਗੋਂ ਪਰਮਾਤਮਾ ਜਾਣਦਾ ਤਾਂ ਕੀ ਗੱਲਬਾਤ ਹੋਈ ਆ, ਪਰ ਉਹ 'ਚ ਕੋਈ ਹਰਜ ਨਹੀਂ। ਕਾਂਗਰਸ ਦੇ ਭਲੇ ਲਈ ਜੋ ਵੀ ਕਰਨਾ ਇਕੱਠੇ ਕਰਨਾ ਚਾਹੀਦਾ। ਸਾਢੇ 4 ਸਾਲ ਪ੍ਰਤਾਪ ਬਾਜਵਾ ਇਹੋ ਕਹਿੰਦੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਮਾੜੀ ਆ, ਚਿੱਠੀਆਂ ਲਿਖਦੇ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਅਤੇ ਹਾਈ ਕਮਾਂਡ ਨੂੰ ਵੀ ਉਹਨਾਂ ਦੇ ਖਿਲਾਫ਼। ਇਹ ਹੁਣ ਚਾਹ ਪੀਣਾ ਉਹ ਚਿੱਠੀਆਂ ਦਾ ਦੌਰ ਜਾਂ ਉਹ ਚੰਗੇ ਹੋ ਗਏ? ਦੇਖੋ, ਕੈਪਟਨ ਸਾਹਿਬ ਨੂੰ ਕ੍ਰਿਟੀਸਾਈਜ਼ ਕਰਦੇ ਰਹੇ ਵੀ ਕਾਰਗੁਜ਼ਾਰੀ ਬੜੀ ਮਾੜੀ ਆ, ਪਰ ਇਸ ਦੇ ਬਾਵਜੂਦ ਕੈਪਟਨ ਸਾਹਿਬ ਇਹ ਸਾਰੀਆਂ ਗੱਲਾਂ ਭੁੱਲ ਕੇ ਉਹਨਾਂ ਨੂੰ ਮਿਲਿਆ ਹੈ। ਕੈਪਟਨ ਸਾਹਿਬ ਦੀ ਵੱਡੇ ਦਿਲ ਦੀ ਨਿਸ਼ਾਨੀ ਹੈ। ਮੇਰਾ ਖਿਆਲ ਇਸੇ ਤਰ੍ਹਾਂ ਹੀ ਕੈਪਟਨ ਸਾਹਿਬ ਜਿਹੜਾ ਰੌਲਾ ਪਿਆ ਵੀ ਸਿੱਧੂ ਦੇ ਟਵੀਟਾਂ ਦਾ ਰੌਲਾ ਵਾ, ਮੇਰਾ ਖਿਆਲ ਇਸੇ ਤਰ੍ਹਾਂ ਦੀ ਮਿਸਾਲ ਕੈਪਟਨ ਸਾਹਿਬ ਕਾਂਗਰਸ ਦੇ ਭਲੇ ਵਾਸਤੇ ਸਿੱਧੂ ਸਾਹਿਬ ਦੇ ਟਵੀਟ ਵੀ ਸ਼ਾਇਦ ਭੁੱਲ ਜਾਣਗੇ, ਭੁੱਲ ਜਾਣੇ ਚਾਹੀਦੇ ਵੀ ਆ। ਜਿਵੇਂ ਪ੍ਰਤਾਪ ਜੀ ਦੀਆਂ ਚਿੱਠੀਆਂ ਜਾਂ ਉਹਨਾਂ ਦੇ ਬਿਆਨ ਉਹਨਾਂ ਨੇ ਕਾਂਗਰਸ ਦੇ ਭਲੇ ਵਾਸਤੇ ਭੁੱਲੀਆਂ ਨੇ, ਉਹ ਵੀ ਉਹਨਾਂ ਨੂੰ ਸਿੱਧੂ ਸਾਹਿਬ ਦੇ ਟਵੀਟ ਸੀ ਮੇਰਾ ਖਿਆਲ ਭੁੱਲ ਜਾਣਗੇ। ਬਾਜਵਾ ਸਾਹਿਬ ਨੇ ਵੀ ਅੱਜ ਇੱਕ ਟਵੀਟ ਕੀਤਾ ਜੀ ਅਤੇ ਮੈਂਬਰ ਪਾਰਲੀਮੈਂਟ ਇਕੱਠੇ ਹੋ ਰਹੇ ਹਨ ਨਵਜੋਤ ਸਿੱਧੂ ਦੇ ਖਿਲਾਫ਼ ਅਤੇ ਉਹਨਾਂ ਨੂੰ ਪ੍ਰਧਾਨਗੀ ਨਹੀਂ ਦੇਣੀ ਚਾਹੀਦੀ। ਮੈਂ ਵੀ ਉਹ ਟਵੀਟ ਦੇਖਿਆ ਵਾ ਵੀ ਪ੍ਰਤਾਪ ਦੇ ਘਰ ਐਮ ਪੀ ਇਕੱਠੇ ਹੋ ਰਹੇ ਨੇ, ਉਹਨਾਂ ਦੇ ਘਰ ਜਿਹੜਾ ਮਰਜ਼ੀ ਇਕੱਠਾ ਹੋਵੇ, ਪਰ ਮੇਰਾ ਖਿਆਲ ਹੈ ਵੀ ਇਹ ਇਲੈਕਸ਼ਨ ਐਮ ਪੀਆਂ ਦੀ 24 'ਚ ਹੈ, 22 ਵਿੱਚ ਇਲੈਕਸ਼ਨ ਐਮ ਐਲ ਏਆਂ ਦੀ ਹੈ। ਅਤੇ ਐਮ ਐਲ ਏ ਨੂੰ ਪੁੱਛਣਾ ਚਾਹੀਦਾ ਵੀ ਕਿਹੜਾ ਪ੍ਰਧਾਨ ਬਣਨਾ ਚਾਹੀਦਾ, ਕਿਹੜਾ ਨਹੀਂ ਬਣਨਾ ਚਾਹੀਦਾ, ਜਾਂ ਪੰਜਾਬ 'ਚ ਸਰਵੇ ਕਰਾ ਕੇ ਦੇਖ ਲਓ ਉਹਨਾਂ ਤਿੰਨਾਂ 'ਚ ਵੱਡਿਆਂ ਲੀਡਰਾਂ ਦਾ ਵੀ ਕਿਹੜਾ ਚੰਗਾ, ਕਿਹੜਾ ਲੋਕਾਂ ਨੂੰ ਅੱਜ ਕੱਲ੍ਹ ਪਸੰਦ ਹੈ, ਲੋਕ ਕਿਹਦੇ ਮਗਰ ਲੱਗੇ ਹੋਏ ਨੇ। ਇਹ ਤਾਂ ਐਮ ਪੀਜ਼ ਨੂੰ ਹਜੇ ਆਪਣੀ ਇਲੈਕਸ਼ਨ ਵੇਲੇ ਕੋਈ ਤਰੱਦਦ ਕਰਨਾ ਚਾਹੀਦਾ, ਹਜੇ ਐਮ ਐਲ ਏ ਦੀ ਇਲੈਕਸ਼ਨ ਹੈ, ਹਜੇ ਐਮ ਐਲ ਏਆਂ ਦਾ ਰਾਏ ਲੈ ਕੇ ਹੀ ਫਿਰ ਕੋਈ ਪ੍ਰਧਾਨ ਬਣਾਉਣਾ ਚਾਹੀਦਾ। ਸਰ, ਸਿਆਣੇ ਕਹਿੰਦੇ ਨੇ ਕਿ ਹਵਾ ਦੇ ਰੁੱਖ ਦੇ ਹਿਸਾਬ ਨਾਲ ਚੱਲਣਾ ਚਾਹੀਦਾ, ਅਤੇ ਕਾਂਗਰਸ ਪਾਰਟੀ ਦੀ ਪੁਰਾਣੀ ਕਾਂਗਰਸ ਪਾਰਟੀ ਹੈ ਜਿਹੜੇ ਵਧੀਆ ਲੀਡਰ ਨੇ ਉਹ 'ਚ, ਅਤੇ ਇਹ ਕਿਉਂ ਨਹੀਂ ਸਮਝ ਪਾ ਰਹੇ ਕਿ ਇਸ ਵੇਲੇ ਜਿਹੜਾ ਹਵਾ ਦਾ ਰੁੱਖ ਆ ਉਸ ਤਰੀਕੇ ਨਾਲ ਚੱਲਣਾ ਚਾਹੀਦਾ ਪੰਜਾਬ 'ਚ? ਦੇਖੋ, ਹਾਈਕਮਾਂਡ ਜਿਹੜੀ ਆ ਉਹਦੇ ਹੱਥ 'ਚ ਸਾਰਾ ਫੈਸਲਾ, ਹਾਈਕਮਾਂਡ ਬੜਾ ਸੋਚ ਵਿਚਾਰ ਕੇ ਫੈਸਲਾ ਕਰੇਗੀ, ਜੋ ਕਰੇਗੀ ਵਧੀਆ ਕਰੇਗੀ। ਨਵਜੋਤ ਸਿੱਧੂ ਵੀ ਬੇਸ਼ੱਕ ਆਪਣੀ ਸਰਕਾਰ ਦੇ ਖਿਲਾਫ਼ ਬੋਲਦੇ ਰਹੇ, ਪ੍ਰਤਾਪ ਬਾਜਵਾ ਵੀ ਬੋਲਦੇ ਰਹੇ, ਪਰ ਨਵਜੋਤ ਸਿੱਧੂ ਜਿਹੜੇ ਨੇ ਲੋਕਾਂ ਦੇ ਦਿਲਾਂ 'ਤੇ ਅੱਜ ਵੀ ਰਾਜ ਕਰਦੇ, ਪ੍ਰਤਾਪ ਬਾਜਵਾ ਹਮੇਸ਼ਾ ਹੀ ਆਪਣੀ ਸਿਆਸਤ ਲਈ ਬੋਲਦੇ ਰਹੇ। ਦੇਖੋ, ਨਵਜੋਤ ਸਿੱਧੂ ਵੀ ਥੋੜ੍ਹਾ ਜ਼ਿਆਦਾ ਬੋਲਦੇ ਰਹੇ ਨੇ, ਪਰ ਹੁਣ ਜਿਹੜਾ ਵਾ ਕਾਂਗਰਸ ਦੇ ਪੁਆਇੰਟ ਆਫ ਵਿਊ ਨਾਲ ਸਾਰਾ ਦੇਖ ਕੇ ਹਾਈਕਮਾਂਡ ਫੈਸਲਾ ਕਰੇਗੀ ਵੀ ਕਾਂਗਰਸ ਦਾ ਬੜਾ ਕਿਸ ਗੱਲ 'ਚ। ਐਮ ਪੀ ਐਮ ਮੀਟਿੰਗ ਦਾ ਕੋਈ ਅਸਰ ਹੋਏਗਾ ਸਿੰਘ ਉੱਤੇ? ਹੋਣਾ ਨਹੀਂ ਚਾਹੀਦਾ, ਕਿਉਂਕਿ ਇਲੈਕਸ਼ਨ ਐਮ ਐਲ ਏ ਦੀ ਹੈ, ਐਮ ਐਲ ਏ ਨੂੰ ਪੁੱਛਣਾ ਚਾਹੀਦਾ ਜੇ ਕੋਈ ਰਾਏ ਲੈਣੀ ਹੈ, ਤਾਂ ਐਮ ਐਲ ਏ ਨੂੰ ਪੁੱਛਣਾ ਚਾਹੀਦਾ। 22 ਦੀ ਇਲੈਕਸ਼ਨ ਐਮ ਐਲ ਏ ਦੀ ਹੈ, ਨਾ ਕਿ ਐਮ ਪੀ ਆਰ ਦੀ। ਇੱਕ ਵਾਰੀ ਫਿਰ ਉਹ ਸਭ ਨੂੰ ਦਰਜ ਚਿੱਠੀਆਂ ਜਿਸ ਤਰੀਕੇ ਨਾਲ ਆਪਣੇ ਮੁਫਾਦ ਲਈ ਲਿਖੀਆਂ ਗਈਆਂ ਨੇ, ਇਹ ਮੀਟਿੰਗ ਵੀ ਆਪਣੇ ਫਾਇਦੇ ਲਈ ਕੀਤੀ ਜਾਵੇਗੀ? ਬਿਲਕੁਲ, ਚਿੱਠੀਆਂ ਵੀ ਜਿਹੜੀਆਂ ਸੀ, ਕਿਉਂਕਿ ਉਹ ਆਪ ਵੀ ਭਾਈ ਸਾਹਿਬ ਸਾਡੇ ਜਿਹੜੇ ਨੇ ਕੈਂਡੀਡੇਟ ਨੇ, ਹਰ ਚੀਜ਼ ਦੇ ਕੈਂਡੀਡੇਟ ਨੇ, ਅਤੇ ਬਾਕੀ ਦੀ ਕਿਸਮਤ ਹਰ ਦੀ ਪਤਾ ਨਹੀਂ, ਕਿਸਮਤ ਪਰਚੇ ਕਦੋਂ ਖੁੱਲ੍ਹ ਜਾਣੇ ਨੇ, ਪਰ ਮਾਨਾ ਖੋਲ੍ਹੇ ਵੀ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਸਾਰਾ ਫੈਸਲਾ ਹਾਈਕਮਾਂਡ ਕਰੇਗੀ। ਚਿੱਠੀਆਂ ਵੀ ਉਹ ਆਪਣੇ ਭਲੇ ਵਾਸਤੇ ਲਿਖ ਰਹੇ ਸਨ, ਬਾਕੀ ਜੋ ਹਾਈਕਮਾਂਡ ਕਰੇਗੀ ਠੀਕ। ਕਦੋਂ ਤੱਕ ਫੈਸਲਾ ਦੇਣਾ? ਫੈਸਲਾ ਤਾਂ ਜਿੰਨੀ ਛੇਤੀ ਹੋ ਜਾਵੇ ਉਨਾ ਹੀ ਚੰਗਾ, ਫੈਸਲਾ ਜਿੰਨਾ ਲੇਟ ਹੋ ਗਿਆ ਉਨਾ ਪੰਜਾਬ ਦੀ ਕਾਂਗਰਸ ਦੇ ਨੁਕਸਾਨ। ਬਟਾਲਾ ਤੋਂ ਸਿਮਰਨਜੀਤ ਸਿੰਘ ਦੇ ਨਾਲ ਸੁਖਦੇਵ ਰੰਧਾਵਾ ਦੀ ਰਿਪੋਰਟ, ਪੰਜਾਬ ਟੂਡੇ।